ਵਿਧਾਨ ਸਭਾ ਚੋਣਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੇ ਕਾਂਗਰਸ ਪਾਰਟੀ ਵਿੱਚ ਵੱਡਾ ਵਿਦਰੋਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਤਹਿਤ ਰਿਜ਼ਰਵ ਹਲਕਾ ਨਾਭਾ ਵਿੱਚ ਦੋ ਥਾਵਾਂ ਤੇ ਕਾਂਗਰਸ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਬਣੀ ਖਹਿਰਾ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਅਤੇ ਅੱਜ ਆਪਣੇ ਸੈਂਕੜੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਦਾ ਵਿਧਾਨ ਸਭਾ ਚੋਣਾਂ ਵਿੱਚ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ। ਬਣੀ ਖਹਿਰਾ ਨੇ ਕਿਹਾ ਕਿ ਸਾਡੇ ਭਾਈਚਾਰੇ ਨੂੰ ਟਿਕਟ ਨਾ ਦੇਣ ਤੇ ਇਹ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਦੀ ਸੀਟ ਬਾਰੇ ਫੇਰ ਬਦਲ ਨਾ ਕੀਤਾ ਤਾਂ ਮੈਂ ਆਜ਼ਾਦ ਵੀ ਚੋਣ ਲੜ ਸਕਦਾ ਹਾਂ ਅਤੇ ਅਸੀਂ ਆਪਣਾ ਫੈਸਲਾ 25 ਤਰੀਕ ਤੋਂ ਬਾਅਦ ਆਪਣੇ ਭਾਈਚਾਰੇ ਨਾਲ ਫੈਸਲਾ ਕਰਕੇ ਮੈਦਾਨ ਵਿੱਚ ਉਤਰਾਂਗੇ। ਦੂਜੇ ਪਾਸੇ ਬਾਜੀਗਰ ਭਾਈਚਾਰੇ ਦੇ ਲੋਕਾਂ ਨੇ ਵੀ ਵਿਰੋਧ ਕਰਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਵਿਧਾਨ ਸਭਾ ਚੋਣਾਂ ਵਿੱਚ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। ਉਹਨਾਂ ਨੇ ਮੰਗ ਕੀਤੀ ਕਿ ਸ਼ਤੁਰਾਨਾ ਹਲਕੇ ਤੋਂ ਸੇਵਾ ਰਾਮ ਮਸ਼ਾਲ ਨੂੰ ਟਿਕਟ ਨਾ ਦਿੱਤੇ ਜਾਣ 'ਤੇ ਇਹ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਅਸੀਂ ਪੰਜਾਬ ਵਿੱਚ ਇੱਕ ਟਿਕਟ ਦੀ ਮੰਗ ਕੀਤੀ ਸੀ ਅਤੇ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਮੰਨੀ, ਜਦੋਂ ਕਿ ਸਾਡੇ ਭਾਈਚਾਰੇ ਦੀ ਪੰਜਾਬ ਵਿੱਚ 25 ਲੱਖ ਵੋਟ ਹੈ। ਉਹਨਾਂ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਜੋ ਨਾਭਾ ਦੀ ਟਿਕਟ ਦਿੱਤੀ ਗਈ ਹੈ ਉਹ ਵੀ ਬਾਜੀਗਰ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਪਰ ਉਹਨਾਂ ਨੇ ਕਦੇ ਸਾਡੀ ਸਾਰ ਨਹੀਂ ਲਈ, ਇਸ ਲਈ ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ। ਜਿਹੜੀ ਅੱਜ ਵਾਲਮੀਕਿ ਭਾਈਚਾਰੇ ਦੀ ਮੀਟਿੰਗ ਰੱਖੀ ਆ, ਅਸੀਂ ਟਿਕਟ ਮੰਗਦੇ ਸੀਗੇ। ਮੈਂ ਪੰਜਾਬ ਯੂਥ ਕਾਂਗਰਸ ਦਾ ਜਨਰਲ ਸਕੱਤਰ ਹਾਂ ਅਤੇ ਨਾਲੇ ਪੰਜਾਬ ਯੂਥ ਕਾਂਗਰਸ ਦਾ ਐਸੀ ਭਾਈਚਾਰਾ ਦਾ ਪੰਜਾਬ ਦਾ ਇੰਚਾਰਜ ਹਾਂ ਅਤੇ ਸਾਧੂ ਸਿੰਘ ਜੀ ਜਿਹੜੇ ਹੈਗੇ ਨੇ ਉਹ ਬਾਹਰੋਂ ਹਲਕੇ ਤੋਂ ਨੇ ਅਤੇ ਮੈਂ ਇਸ ਹਲਕੇ ਦਾ ਜੰਮਪਲ ਹਾਂ ਅਤੇ ਪਾਰਟੀ ਦੀ ਪਿਛਲੇ 15 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਅਤੇ ਪਾਰਟੀ ਦੇ ਪਿਛਲੇ 15 ਸਾਲਾਂ ਦੇ ਲਈ ਪਾਰਟੀ ਦੀ ਚੜ੍ਹਤ ਦੇ ਲਈ ਕੰਮ ਕਰਦੇ ਆ ਰਹੇ ਹਾਂ। ਅਸੀਂ ਹਰ ਇੱਕ ਵਰਗ ਦੇ ਲਈ ਕੰਮ ਕੀਤਾ। ਮੈਂ ਤਿੰਨੇ ਪਾਰਟੀਆਂ ਦੇ ਲੀਡਰਾਂ ਨੂੰ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ, ਜਿਹੜੇ ਕੈਂਡੀਡੇਟ ਨੇ, ਉਹਨਾਂ ਨੂੰ ਖੁੱਲ੍ਹਾ ਚੈਲੰਜ ਕਰਦਾ ਵੀ ਉਹ ਆ ਕੇ ਮੈਦਾਨ ਦੇ ਵਿੱਚ ਮੇਰੇ ਨਾਲ ਬਹਿਸ ਕਰਨ ਅਤੇ ਦੱਸਣ ਉਹਨਾਂ ਨੇ ਨਾਭੇ ਦੇ ਲੋਕਾਂ ਦੇ ਲਈ ਕੀ ਕੀਤਾ, ਨਾਭੇ ਦੇ ਲੋਕਾਂ ਲਈ ਕਿਹੜੇ ਧਰਨੇ ਦਿੱਤੇ ਨੇ, ਨਾਭੇ ਦੇ ਲੋਕਾਂ ਦੇ ਲਈ ਕਿਹੜੀ ਉਹਨਾਂ ਨੇ ਸੁਵਿਧਾਵਾਂ ਲੈ ਕੇ ਆਏ ਨੇ। ਅਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦਾ, ਜਦੋਂ ਕਮੇਟੀ ਦੇ ਖਿਲਾਫ ਅਸੀਂ ਕਾਂਗਰਸ ਪਾਰਟੀ ਦੀ ਚੜ੍ਹਤ ਦੇ ਲਈ ਧਰਨੇ ਦਿੰਦੇ ਸੀਗੇ ਉਦੋਂ MLA ਸਾਹਿਬ ਕਿੱਥੇ ਸੀਗੇ? ਤੇ ਜਦੋਂ ਸਾਡੇ ਭਾਈਚਾਰੇ ਦੇ ਲੋਕ ਸਫਾਈ ਕਰਮਚਾਰੀ ਪੱਕੇ ਨਹੀਂ ਹੋਏ ਹਲੇ ਤੱਕ ਤੇ ਉਹਨਾਂ ਨੇ ਉਦੋਂ ਆਪਣਾ ਰੋਲ ਅਦਾ ਕਿਉਂ ਨਹੀਂ ਕੀਤਾ? ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਜਿਹੜੇ ਹੈਗੇ ਨੇ ਸਫਾਈ ਕਰਮਚਾਰੀ ਦੇ ਜਿਹੜੇ ਮਤਾ ਹੈਗਾ ਉਹ ਉਹਨਾਂ ਨੇ ਉੱਥੇ ਆਵਾਜ਼ ਵਿਧਾਨ ਸਭਾ ਦੇ ਵਿੱਚ ਕਿਉਂ ਨਹੀਂ ਬੁਲੰਦ ਕੀਤੀ? ਸਾਡਾ ਭਾਈਚਾਰਾ ਹਮੇਸ਼ਾ ਹੀ ਐਵੇਂ ਰੁਲਦਾ ਰਹੂੰਗਾ। ਮੈਂ ਤਿੰਨੇ ਹੀ ਪਾਰਟੀਆਂ ਤੇ ਇੱਕ ਸਵਾਲ ਹੋਰ ਕਰਨਾ ਚਾਹੁੰਦਾ, ਕੀ ਗੱਲ ਇਹਨਾਂ ਨੂੰ ਨਾਭੇ ਦੇ ਵਿੱਚ ਕੋਈ ਲੀਡਰ ਨਹੀਂ ਲੰਬਦਾ? ਜਦੋਂ ਪਿਛਲੇ ਵਾਰ ਸਾਡੇ ਭਾਈਚਾਰੇ ਦੇ ਸਾਡੇ ਬਜ਼ੁਰਗ ਸਾਡੇ ਵੱਡੇ ਸਾਡੇ ਸਮਾਜ ਦੇ ਬਾਬਾ ਬੋੜ ਗਾਗੜ ਪ੍ਰਧਾਨ ਜੀ ਨੇ ਪੂਰੇ ਤੋਂ ਟਿਕਟ ਅਪਲਾਈ ਕੀਤੀ ਸੀਗੀ, ਜਦੋਂ ਕਿ ਇਹਨਾਂ ਦੀ ਕੁਰਬਾਨੀਆਂ ਇੰਨੀਆਂ ਨੇ, ਇਹਨਾਂ ਦੇ ਜਦੋਂ ਇਹ ਜੇਲ੍ਹ ਵੀ ਕੱਟ ਗਏ ਨੇ ਉਦੋਂ ਪਿੱਛੇ ਤੋਂ ਸੋਨੀਆ ਗਾਂਧੀ ਲਈ ਜੇਲ੍ਹ ਕੱਟੀ ਸੀਗੀ ਤੇ ਪਿੱਛੇ ਤੋਂ ਇਹਨਾਂ ਦੇ ਪਰਿਵਾਰ ਦਾ ਇੱਕ ਸਦੱਸਯ ਦੀ ਇਹਨਾਂ ਦੀ ਡੈਥ ਹੋ ਗਈ ਸੀਗੀ ਤੇ ਪਰਿਵਾਰ ਦਾ ਇੱਕ ਮੈਂਬਰ ਪੂਰਾ ਹੋ ਗਿਆ ਸੀ। ਇਹੋ ਜਿਹੀ ਕੁਰਬਾਨੀਆਂ ਜਿਹੜੇ ਸਾਡੇ ਸਮਾਜ ਦੀ ਹੈਗੇ ਨੇ ਇਹਨਾਂ ਨੂੰ ਭੁੱਲ ਕੇ ਇਹ ਸਿਰਫ ਜਿਹੜੇ ਹੋਰ ਬਾਹਰੋਂ ਲੋਕ ਹਲਕੇ ਦੇ ਲੋਕ ਹੈਗੇ ਨੇ ਉਹਨਾਂ ਨੂੰ ਟਿਕਟਾਂ ਦਿੰਦੇ ਨੇ ਇਹ। ਜਦੋਂ ਅਸੀਂ ਆਪਣੇ ਭਾਈਚਾਰੇ ਦੀ ਲੜਾਈ ਲੜ ਸਕਦੇ ਹਾਂ ਤੇ ਅਸੀਂ ਸਮਝ ਸਕਦੇ ਹਾਂ, ਅਸੀਂ ਸਾਨੂੰ ਭਾਈਚਾਰਿਆਂ ਨੇ ਸਾਰਿਆਂ ਨੇ ਜਿਹੜਾ ਰੋਸ ਸੀ ਪਿਛਲੇ ਕੱਲ੍ਹ ਵੀ ਯੂਥ ਕਾਂਗਰਸ ਵਾਲਿਆਂ ਨੇ ਕੀਤਾ, ਅੱਜ ਭਾਈਚਾਰਾ ਦਾ ਵੀ ਰੋਸ ਸੀਗਾ ਵੀ ਸਾਡੇ ਵਾਲਮੀਕਿ ਭਾਈਚਾਰੇ ਦੇ ਬੰਦੇ ਨੂੰ ਟਿਕਟ ਨਹੀਂ ਦਿੱਤੀ, ਅਸੀਂ ਟਿਕਟ ਅਪਲਾਈ ਕੀਤੀ ਸੀ, ਸਾਰਾ ਭਾਈਚਾਰਾ ਸਾਡੇ ਨਾਲ ਆ ਤੇ ਅਸੀਂ ਕਾਂਗਰਸ ਪਾਰਟੀ ਤੋਂ ਅਪੀਲ ਕਰਦੇ ਹਾਂ ਜਿਹੜਾ ਇਹ ਇਹਨਾਂ ਨੂੰ ਟਿਕਟ ਦਿੱਤੀ ਆ ਇਹ ਬਾਜੀਗਰ, ਜੇ ਵੋਟ ਦੇ ਹਿਸਾਬ ਨਾਲ ਵੀ ਦੇਖੀਏ ਪੰਜਾਬ ਜਿਹੜੇ ਨਾਭੇ ਦੀ ਸਾਡੀ ਵੋਟ ਹੈਗੀ ਆ, ਵਾਲਮੀਕਿ ਮਜ਼ਬੀ ਸਿੰਘ ਭਾਈਚਾਰੇ ਦੀ 45 ਤੋਂ 50 ਹਜ਼ਾਰ ਵੋਟ ਹੈਗੀ ਆ ਤੇ ਜਿਹੜੀ ਬਾਜੀਗਰ ਭਾਈਚਾਰੇ ਦੀ ਵੋਟ ਆ 7 ਹਜ਼ਾਰ ਆ। ਇਹ ਰਿਜ਼ਰਵ ਜਿਹੜਾ ਹਲਕਾ ਹੋਇਆ ਸੀਗਾ ਵਾਲਮੀਕਿ ਮਜ਼ਬੀ ਸਿੰਘ ਭਾਈਚਾਰੇ ਦੀ ਵੋਟ ਨੂੰ ਵੱਧ ਦੇਖ ਕੇ ਹੋਇਆ ਸੀਗਾ, ਸਾਡੇ ਸਮਾਜ ਦੀਆਂ ਉੱਚੀਆਂ ਪਦਵੀਆਂ ਨੂੰ ਇਹ ਹੋਰ ਲੋਕ ਲੈ ਕੇ ਜਾਂਦੇ ਨੇ ਵਾਲਮੀਕਿ ਭਾਈਚਾਰੇ ਨਾਲ ਇਹ ਧੱਕਾ, ਤੇ ਇਹ ਧੱਕਾ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਇਸ ਦੇ ਲਈ ਸਾਨੂੰ ਚਾਹੇ ਆਜ਼ਾਦ ਖੜਨਾ ਹੋ ਪਵੇ, ਚਾਹੇ ਸਾਨੂੰ ਇਸ ਦੇ ਲਈ ਪਾਰਟੀ ਦੀ ਵਿਰੋਧਤਾ ਕਰਨੀ ਪਵੇ, ਚਾਹੇ ਪਾਰਟੀ ਨੂੰ ਉਸ ਪਾਰਟੀ ਤੋਂ ਅਸਤੀਫਾ ਦੇਣਾ ਪਵੇ, ਚਾਹੇ ਪਾਰਟੀ ਕਿਸੇ ਹੋਰ ਜਿਹੜਾ ਨੁਮਾਇੰਦਾ ਹੈਗਾ ਚਾਹੇ ਉਹਦੀ ਮਦਦ ਕਰਨੀ ਪਵੇ, ਇਹ ਸਾਰਾ ਜਿਹੜਾ ਹੈਗਾ ਅਸੀਂ ਨਿਰਣੇ ਅਸੀਂ ਕਾਂਗਰਸ ਪਾਰਟੀ ਨੂੰ 25 ਤਰੀਕ ਤੱਕ ਦਾ ਟਾਈਮ ਦਿੰਦੇ ਹਾਂ। ਜਿਹੜਾ ਉਹਨਾਂ ਨੇ ਇਹ ਟਿਕਟ ਦਾ ਫੈਸਲਾ ਲਿੱਤਾ ਉਹ ਪੂਰਨ ਵਿਚਾਰ ਕਰ ਲੈਣ, ਅਸੀਂ ਕਾਂਗਰਸੀਆਂ ਕਾਂਗਰਸੀ ਰਹਾਂਗੇ, ਪਰ ਨਾਭੇ ਹਲਕੇ ਦੇ ਵਿੱਚ ਧਰਮਸੋਤ ਜੀ ਦੀ ਮਦਦ ਨਹੀਂ ਕਰਦੇ, ਅਸੀਂ ਹੋਰ ਹਲਕਿਆਂ ਦੇ ਵਿੱਚ ਅਸੀਂ ਕਾਂਗਰਸ ਦੀ ਮਦਦ ਕਰਾਂਗੇ ਕਿਉਂਕਿ ਮੈਂ ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਹਾਂ ਤੇ ਐਸੀ ਭਾਈਚਾਰੇ ਦਾ ਇੰਚਾਰਜ ਵੀ ਹਾਂ ਪੰਜਾਬ ਦਾ, ਤੇ ਮੈਂ ਉੱਥੇ ਸਾਰੇ ਕਿਤੇ ਨਾਭੇ ਨੂੰ ਛੱਡ ਕੇ ਸਾਰੇ ਕਿਤੇ ਭਾਈਚਾਰੇ ਨੂੰ ਅਪੀਲ ਕਰਦਾ ਵੀ ਕਾਂਗਰਸ ਦੀ ਮਦਦ ਕਰੋ। ਪਰ ਇੱਥੇ ਹਲਕੇ ਦੇ ਵਿੱਚ ਸਾਡੀ ਇਹ ਕੌਮ ਦੀ ਗੱਲਬਾਤ ਆ, ਇਹ ਸਾਡੀ ਇਹ ਕੌਮ ਦੀ ਜਿੱਦ ਆ, ਸਾਡੀ ਇਹ ਕੌਮ ਦੀ ਜੇ ਸਾਡੀ ਕੌਮ ਐਵੇਂ ਦਲਿਤ ਭਾਈਚਾਰੇ ਨਾਲ ਵਾਲਮੀਕਿ ਭਾਈਚਾਰੇ ਨਾਲ ਐਵੇਂ ਪਾਰਟੀਆਂ ਧੱਕਾ ਕਰਦੇ ਰਹੀਆਂ ਤਾਂ ਇਸ ਧੱਕੇ ਦੇ ਖਿਲਾਫ ਆਵਾਜ਼ ਬੁਲੰਦ ਕਰਨ ਦੀ ਗੱਲਬਾਤ ਆ ਇਹ। ਤੇ ਅਸੀਂ ਭਗਵਾਨ ਵਾਲਮੀਕਿ ਦਲੀ ਚੇਤਨਾ ਮੰਚ ਵੱਲੋਂ ਬਣੀ ਖਹਿਰਾ ਜੀ ਦੇ ਨਾਲ ਆਪਣੇ ਭਾਈਚਾਰੇ ਵੱਲੋਂ ਇਹ ਜ਼ਰੂਰ ਵਿਸ਼ਵਾਸ ਦਿਵਾਉਂਦੇ ਹਾਂ
ਕਿ ਸਾਡੀਆਂ ਗੱਲਾਂ ਨੇ, ਕਿਉਂਕਿ ਸਾਡੇ ਭਾਈਚਾਰੇ ਨਾਲ ਹਰੇਕ ਪਾਰਟੀ ਵਿਤਕਰਾ ਕਰਦੀ ਆ ਰਹੀ ਹੈ, ਤਾਂ ਅਸੀਂ ਬਣੀ ਖਹਿਰਾ ਜੀ ਦੇ ਨਾਲ ਹਾਂ ਕਿ ਜਾਂ ਉਹ ਯਾਦ ਖੜਨ ਜਾਂ ਜਿਵੇਂ ਮਰਜ਼ੀ ਖੜਨ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਰਹਾਂਗੇ। ਅਸੀਂ ਆਉਣ ਵਾਲੇ 2017 ਦੇ ਇਲੈਕਸ਼ਨਾਂ ਦੇ ਵਿੱਚ ਇਹ ਆਪਣੇ ਭਾਈਚਾਰੇ ਦਾ ਏਕਾ ਜ਼ਰੂਰ ਦਿਖਾਵਾਂਗੇ, ਕਿਉਂ ਇਹ ਸਰਕਾਰਾਂ ਨੂੰ ਨੀਵਾਂ ਕਰਨ ਲਈ ਸਾਨੂੰ ਇਹੀ ਮੌਕਾ ਸੀ 2017 ਦੇ ਵਿੱਚ ਵਾਲਮੀਕਿ ਸਮਾਜ ਦਾ, ਇਹਨਾਂ ਨੂੰ ਇੰਨਾ ਕੁ ਏਕਾ ਦਿਖਾਵਾਂਗੇ, ਕਿਉਂ ਇਹਨਾਂ ਨੂੰ ਮਜਬੂਰ ਹੋ ਕੇ ਮਜਬੂਰ ਹੋਣਾ ਵੀ ਪਊਗਾ ਕਿ ਸਾਡੇ ਭਾਈਚਾਰੇ ਨਾਲ ਜਿਹੜਾ ਅੱਜ ਸਾਨੂੰ ਪਿੱਛੇ ਰੱਖ ਕੇ ਚੱਲ ਰਹੇ ਆ ਕਿ ਸਾਡੇ ਭਾਈਚਾਰੇ ਨੂੰ ਟਿਕਟ ਦਿੱਤੀ ਜਾਵੇ। ਅਸੀਂ ਕਾਂਗਰਸ ਨਾਲ ਜਮੀ ਬਾਈਕਾਟ ਕਰਾਂਗੇ, ਕਿਉਂ ਜੇ ਜਿਹੜਾ ਜਿਹੜੀ ਪਾਰਟੀ ਸਾਡੇ ਭਾਈਚਾਰੇ ਦਾ ਸਟੈਂਡ ਨਹੀਂ ਕਰ ਸਕਦੀ, ਤਾਂ ਸਾਡਾ ਉਹ ਪਾਰਟੀ ਦੇ ਨਾਲ ਰਹਿਣਾ ਕੋਈ ਉਹ ਨਹੀਂ ਹੈਗਾ, ਅਸੰਭਵ ਨਹੀਂ ਹੈਗਾ। ਕੁਲਦੀਪ ਸਿੰਘ ਨਾਭਾ, ਦਿਵਿਆ ਪੰਜਾਬ ਟੀਵੀ।